ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਵੱਲੋਂ 9 ਮਹੀਨੇ ਤੋਂ 15 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਖਸਰਾ ਅਤੇ ਰੁਬੈਲਾ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਪੂਰੇ ਸੂਬੇ ਦੇ ਵਿਚ ਸਾਰੇ ਸਕੂਲਾਂ ਅਤੇ ਸਰਕਾਰੀ ਹਸਪਤਾਲਾਂ ਅਤੇ ਪਿੰਡਾਂ ਦੀਆਂ ਡਿਸਪੈਂਸਰੀਆਂ ਦੇ ਵਿਚ ਸੀਜ਼ਲ ਰੁਬੈਲਾ ਟੀਕਾਕਰਨ ਦਾ ਆਗਾਜ਼ ਕੀਤਾ ਗਿਆ ਸੀ। ਪਰ ਸਕੂਲਾਂ ਦੇ ਵਿਚ ਇਸ ਟੀਕਾਕਰਨ ਨੂੰ ਲੈ ਕੇ ਕਈ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਦੇ ਵਿਚ ਸਰਕਾਰ ਦੇ ਇਸ ਸੀਜ਼ਲ ਰੁਬੈਲਾ ਟੀਕਾਕਰਨ ਨੂੰ ਲੈ ਕੇ ਜ਼ਿਆਦਾਤਰ ਸਥਿਤੀ ਤਣਾਅਪੂਰਨ ਬਣੀ ਰਹੀ ਅਤੇ ਕਈ ਜਗ੍ਹਾ ਦੇ ਉੱਤੇ ਇਸ ਟੀਕੇ ਦੇ ਲਗਾਉਣ ਦੇ ਨਾਲ ਬੱਚਿਆਂ ਦੇ ਬਿਮਾਰ ਪੈਣ ਦੇ ਮਾਮਲੇ ਵੀ ਸਾਹਮਣੇ ਆਏ, ਜਿਸ ਤੋਂ ਬਾਅਦ ਜਿੱਥੇ ਸਰਕਾਰ ਦੇ ਲਈ ਇਹ ਦੁਵਿਧਾ ਖੜੀ ਹੋ ਗਈ ਸੀ, ਉੱਥੇ ਸਿਹਤ ਵਿਭਾਗ ਵੀ ਇਸ ਨੂੰ ਲੈ ਕੇ ਪਰੇਸ਼ਾਨੀ ਦੇ ਵਿਚ ਦਿਖਾਈ ਦਿੱਤਾ, ਜਿਸ ਤੋਂ ਬਾਅਦ ਸਰਕਾਰ ਅਤੇ ਸਿਹਤ ਵਿਭਾਗ ਨੇ ਇਸ ਟੀਕਾਕਰਨ ਨੂੰ ਲੈ ਕੇ ਲੋਕਾਂ ਦੇ ਵਿਚ ਜਾਗਰੂਕਤਾ ਫੈਲਾਉਣ ਦੇ ਲਈ ਪਿੰਡਾਂ ਅਤੇ ਸਕੂਲਾਂ ਦੇ ਵਿਚ ਜਾ ਕੇ ਕਈ ਕੈਂਪ ਵੀ ਲਗਾਏ, ਜਿਸ ਤੋਂ ਬਾਅਦ ਕੁਝ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਦੇ ਵਿਚ ਜਾ ਕੇ ਆਪਣੇ ਬੱਚਿਆਂ ਨੂੰ ਖਸਰਾ ਅਤੇ ਸੀਜ਼ਲ ਰੁਬੈਲਾ ਦਾ ਟੀਕਾ ਲਗਵਾ ਲਿਆ। ਪਰ ਕਈ ਬੱਚੇ ਅਤੇ ਉਨ੍ਹਾਂ ਦੇ ਮਾਪੇ ਇਸ ਟੀਕਾਕਰਨ ਨੂੰ ਲੈ ਕੇ ਕੋਈ ਦਿਲਚਸਪੀ ਨਹੀਂ ਦਿਖਾਈ ਗਈ। ਪਰ ਇਕ ਵਾਰ ਫਿਰ ਸੀਜ਼ਲ ਰੁਬੈਲਾ ਦੇ ਟੀਕੇ ਦੇ ਨਾਲ ਜੁੜਿਆ ਮਾਮਲਾ ਸਾਹਮਣੇ ਆਇਆ। ਇਹ ਮਾਮਲਾ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿਚ ਦੇਖਣ ਨੂੰ ਮਿਲਿਆ, ਜਿੱਥੇ ਕਿ ਇਕ ਸਰਕਾਰੀ ਸਕੂਲ ਦੀ 8ਵੀਂ ਕਲਾਸ ਦੇ ਵਿਚ ਪੜ੍ਹਨ ਵਾਲੀ ਇਕ ਵਿਦਿਆਰਥਣ ਹਰਪ੍ਰੀਤ ਕੌਰ ਦੇ ਪਿਤਾ ਨੇ ਆਪਣੀ ਬੱਚੀ ਦੀ ਅਚਾਨਕ ਤਬੀਅਤ ਵਿਗੜਨ ਦਾ ਕਾਰਨ ਰੁਬੈਲਾ ਟੀਕਾਕਰਨ ਨੂੰ ਦੱਸਿਆ। ਮੇਰਾ ਨਾਮ ਮੰਗਲ ਸਿੰਘ ਹੈ। ਮੇਰੀ ਬੇਟੀ ਹਰਪ੍ਰੀਤ ਕੌਰ ਆ, 8ਵੀਂ ਪੜ੍ਹਦੀ, ਉਹਨੂੰ ਟੀਕਾ ਲੱਗਾ ਸਰਕਾਰੀ ਜੀ। ਠੀਕ ਹੈ ਜੀ, ਹੋਸਟਲ 'ਚ ਗਈ, ਬੇਹੋਸ਼ ਹੋ ਗਈ, ਉਹਦੇ ਬਾਅਦ ਚੱਕ ਦੇ ਹਸਪਤਾਲ ਹੋਸਪਿਟਲ ਦਾਖਲ ਕੀਤਾ ਜੀ, ਮਮਦੋਟ ਨੇ ਫਿਰੋਜ਼ਪੁਰ ਭੇਜਤਾ ਜੀ। ਮਮਦੋਟ ਫਿਰ ਪ੍ਰਿੰਸੀਪਲ ਆਈ ਕੱਲ੍ਹ, ਉਹਦੇ ਬਾਅਦ ਉਹਨੇ ਜਵਾਬ ਦੇ ਦਿੱਤਾ ਜੀ, ਇਲਾਜ ਆਪੇ ਤੁਹਾਡਾ ਮਾਫ ਤੁਸੀਂ ਕਰੋ, ਅਸੀਂ ਕੋਈ ਪੈਸਾ ਨਹੀਂ ਲਾਉਣਾ, ਅਸੀਂ ਹੁਣ ਗਰੀਬ ਬੰਦੇ ਆ, ਕਿੱਥੋਂ ਕਰਾਈਏ ਇਲਾਜ। ਫਿਰ ਮੈਂ ਸਵੇਰੇ ਫੋਨ ਕੀਤਾ, ਉਹਨੇ ਜਵਾਬ ਦਿੱਤਾ ਜੀ, ਅਤੇ ਸਾਡੇ ਕੋਲ ਕੋਈ ਪਰਮਿਸ਼ਨ ਨਹੀਂ ਲਈ ਉਹਨੇ, ਮੈਡਮ ਨੇ ਟੀਕਾ ਲਵਾਇਆ ਤਾਂ ਸਾਡੇ ਕੋਲ ਦਸਤਖਤ ਵਿਖਾਉਣਾ, ਕੋਈ ਕਾਰਵਾਈ। ਅਸੀਂ ਇਹ ਮੰਗ ਕਰਨੇ ਚਾਹੁੰਦੇ ਵੀ ਸਾਨੂੰ ਨਿਸਾਬ ਦਿੱਤਾ ਜਾਵੇ, ਸਾਡੀ ਕੁੜੀ ਇਲਾਜ ਕਰਾਇਆ ਜਾਵੇ। ਹਾਂਜੀ, ਬੜਾ ਖਰਾਬ ਹੁੰਦੀ ਜੀ। ਹਾਂ, ਇਹ ਬੱਚੀ ਉੱਥੇ ਮਨਦੋਟ ਲੱਗਾ ਸੀ ਇੰਜੈਕਸ਼ਨ ਇਹਦੇ ਐੱਮ ਆਰ ਦਾ, ਅਤੇ ਉੱਥੇ ਹੀ ਇਹਨੂੰ ਕੋਈ ਸਿਰ ਦਰਦ, ਕੋਈ ਪੇਟ ਪੇਨ, ਅਬਡਾਊਨ ਵਗੈਰਾ, ਪੇਟ ਦਰਦ ਵਗੈਰਾ ਹੋਈ ਸੀ, ਉਹਦੇ ਕਰਕੇ ਫਿਰ ਉੱਥੇ ਉਹਨਾਂ ਨੇ ਅੰਡਰ ਅਬਜ਼ਰਵੇਸ਼ਨ ਰੱਖਿਆ ਸੀ ਉੱਥੇ ਮਨਦੋਟ, ਅਤੇ ਉੱਥੇ ਇੱਕ ਦਿਨ ਰੱਖਿਆ, ਫਿਰ ਉਸ ਤੋਂ ਬਾਅਦ ਇੱਥੇ ਭੇਜਤਾ ਸੀ। ਇੱਥੇ ਸਾਰੇ ਟੈਸਟ ਕਰਵਾਏ ਗਏ ਨੇ, ਟੈਸਟ ਸਾਰੇ ਠੀਕ ਨੇ। ਇਹਦੇ ਇੱਕ ਪੁਰਾਣਾ ਟਾਈਫਾਇਡ ਆਇਆ, ਅਤੇ ਉਹਦੇ ਕਰਕੇ ਟ੍ਰੀਟਮੈਂਟ ਦੇ ਰਹੇ ਹਾਂ, ਬਾਕੀ ਵੈਕਸੀਨ ਕਰਕੇ ਨਹੀਂ ਪ੍ਰੋਬਲਮ ਹੋਈ। ਬੱਚੀ ਦੀ ਹੁਣ ਕੈਸੀ ਪੋਜੀਸ਼ਨ ਕੈਸੀ? ਹੁਣ ਠੀਕ ਹੈ, ਖਾਂਦੀ ਪੀਂਦੀ ਹੈ, ਅਤੇ ਸ਼ਾਇਦ ਆਪਾਂ ਦੇਖਦੇ ਹਾਂ। ਫਿਰੋਜ਼ਪੁਰ ਤੋਂ ਪੰਕਜ ਕੁਮਾਰ ਦੀ ਰਿਪੋਰਟ।